ਵੀਨਾ ਵਰਮਾ ਦੀ ਕਹਾਣੀ ਤਾਇਆਬਾ ਦਾ ਬਾਕੀ ਦਾ ਭਾਗ। ਇੱਕ ਦਿਨ ਮੈਂ ਅਚਾਨਕ ਹੀ ਉਹਦੇ ਘਰ ਚਲੀ ਗਈ। ਡੋਰ ਬੈਲ ਕੀਤੀ, ਕਿਸੇ ਖੂਬਸੂਰਤ ਅੰਗਰੇਜ਼ ਔਰਤ ਨੇ ਦਰਵਾਜ਼ਾ ਖੋਲ੍ਹਿਆ। ਜੋਗੀਆ ਰੰਗ ਦਾ ਪੀਲਾ ਪੰਜਾਬੀ ਸੂਟ, ਬਾਹਾਂ ਰੰਗ ਬਿਰੰਗੀਆਂ ਵੰਗਾਂ ਨਾਲ ਭਰੀਆਂ ਹੋਈਆਂ, ਮੱਥੇ 'ਤੇ ਲਾਲ ਬਿੰਦੀ ਅਤੇ ਕਮਰ ਤੱਕ ਖੁੱਲ੍ਹੀਆਂ ਲੰਮੀਆਂ ਜ਼ੁਲਫਾਂ, ਉਹ ਪੂਰੀ ਮੀਰਾਂ ਬਾਈ ਬਣੀ ਮੇਰੇ ਸਾਹਮਣੇ ਖਲੋਤੀ ਸੀ। ਮੈਂ ਉਹਦੀਆਂ ਅੱਖਾਂ 'ਚ ਗੁਆਚ ਗਈ, ਭੁੱਲ ਗਈ ਕਿ ਕਿਸ ਮਕਸਦ ਲਈ ਆਈ ਹੈ। ਉਹ ਮੈਨੂੰ ਅੰਦਰ ਲੈ ਗਈ। ਇੱਕ ਅਜੀਬ ਜਿਹਾ ਡਰ ਸੀ ਉਹਦੀਆਂ ਅੱਖਾਂ 'ਚ, ਜਿਵੇਂ ਮੈਂ ਉਹਦੇ ਘਰ ਚੋਰੀ ਕਰਨ ਆਈ ਹੋਵਾਂ। ਸੈਂਡੀ ਕਿੱਥੇ ਹੈ, ਮੈਂ ਪੁੱਛਿਆ। ਉਹ ਤਾਂ ਇੰਡੀਆ ਗਿਆ ਹੋਇਆ, ਉਹਨੇ ਝੂਠ ਬੋਲਿਆ। ਤੂੰ ਉਹਦੀ ਕਿਰਾਏਦਾਰ ਹੈ, ਮੈਂ ਜਾਣ ਬੁੱਝ ਕੇ ਕਿਹਾ। ਨਹੀਂ, ਉਹ ਮੇਰਾ ਸ਼ੌਹਰ ਹੈ। ਉਹ ਸ਼ਰਮਾਈ, ਮੈਨੂੰ ਉਹ 'ਤੇ ਰਹਿਮ ਆਇਆ। ਖੁਦਾ ਤੇਰੇ ਸ਼ੌਹਰ ਨੂੰ ਸਲਾਮਤ ਰੱਖੇ, ਮੇਰਾ ਦਿਲ ਭਰ ਆਇਆ ਅਤੇ ਮੈਂ ਵਾਪਸ ਆ ਗਈ। ਉਸੇ ਸ਼ਾਮ ਸੈਂਡੀ ਮੈਨੂੰ ਮਿਲਣ ਆਇਆ। ਸੈਂਡੀ, ਅੱਜ ਤੋਂ ਬਾਅਦ ਤੂੰ ਇੱਥੇ ਨਾ ਆਈ, ਮੈਂ ਬੇਰੁਖੀ ਨਾਲ ਕਿਹਾ। ਕਿਉਂ? ਉਹ ਘਬਰਾ ਗਿਆ। ਬਸ ਮੈਂ ਤੈਨੂੰ ਕਹਿ ਦਿੱਤਾ ਇੱਕ ਵਾਰ, ਮੈਂ ਖਿੱਚ ਕੇ ਕਿਹਾ। ਕੀ ਗੱਲ, ਤੈਨੂੰ ਮਾਰਸਾ ਨੇ ਕੁਛ ਕਿਹਾ? ਉਹ ਮੇਰਾ ਹੱਥ ਫੜਦਾ ਹੋਇਆ ਬੋਲਿਆ। ਹਾਂ, ਮੇਰੀ ਆਵਾਜ਼ ਦਰਦ 'ਚ ਡੁੱਬ ਗਈ। ਉਹ ਤੂੰ ਉਸ ਕੁੱਤੀ 'ਤੇ ਯਕੀਨ ਨਾ ਕਰ, ਮੇਰਾ ਉਸ ਨਾਲ ਕੋਈ ਤਾਲੁਕ ਨਹੀਂ, ਖਾਮਖਾ ਮੇਰੇ ਪਿੱਛੇ ਪਈ ਹੈ। ਉਹਦਾ ਹੌਸਲਾ ਮੁੜਿਆ। ਕੁੱਤੀ ਉਹ ਨਹੀਂ, ਕੁੱਤਾ ਤੂੰ ਹੈ। ਕਿਵੇਂ ਉਹ ਤੇਰੇ ਇਸ਼ਕ 'ਚ ਦੀਵਾਨੀ ਹੋਈ, ਭੇਸ ਵਟਾਈ ਫਿਰਦੀ ਹੈ ਅਤੇ ਤੂੰ ਉਹਨੂੰ ਕੁੱਤੀ ਦੱਸਣਾ? ਮੈਨੂੰ ਗੁੱਸਾ ਆ ਗਿਆ। ਉਹ ਪਖੰਡਣ ਹੈ, ਉਹ ਇਸ਼ਕ ਕਰਦੀ ਹੈ, ਕਰੀ ਜਾਵੇ। ਮੇਰਾ ਉਸ ਨਾਲ ਸੈਕਸ ਤੋਂ ਵੱਧ ਕੋਈ ਰਿਸ਼ਤਾ ਨਹੀਂ। ਉਹਨੇ ਨਫ਼ਰਤ ਨਾਲ ਕੰਧੇ ਹਿਲਾਏ। ਅਫਸੋਸ ਤਾਂ ਇਹੀ ਹੈ ਕਿ ਔਰਤ ਹਮੇਸ਼ਾ ਇਸ਼ਕ ਕਰਦੀ ਹੈ ਅਤੇ ਮਰਦ ਸਿਰਫ ਸੈਕਸ ਕਰਦਾ ਹੈ। ਉਹਦੇ ਜਿਸਮ ਨੂੰ ਦੇਖਦਾ ਹੈ, ਉਹਦੀ ਰੂਹ ਨੂੰ ਨਹੀਂ, ਅਤੇ ਰੂਹ ਨੂੰ ਦੇਖਣ ਲਈ ਤੀਜੀ ਅੱਖ ਦੀ ਲੋੜ ਹੈ। ਜੋ ਸਭ ਕੋਲ ਨਹੀਂ ਹੁੰਦੀ, ਅਤੇ ਮੈਂ ਉਸੇ ਨਾਲ ਹੀ ਨਿਕਾਹ ਕਰਾਂਗੀ ਜਿਸ ਕੋਲ ਤੀਜੀ ਅੱਖ ਹੋਏਗੀ, ਵਰਨਾ ਜੁੱਤੀਆਂ ਵਾਂਗ ਮਰਦ ਬਦਲਦੀ ਰਹਾਂਗੀ। ਅਤੇ ਮੈਂ ਵੀ ਨਫ਼ਰਤ ਨਾਲ ਜੁੱਤੀ ਜ਼ਮੀਨ 'ਤੇ ਰਗੜੀ। ਮਤ ਭੁੱਲ ਕੇ ਤੂੰ ਮੇਰੇ ਨਾਲ ਸੁੱਤੀ ਹੈ, ਆਪਣੀ ਇੱਜ਼ਤ ਨੂੰ ਤੂੰ ਮੈਨੂੰ ਦੇ ਚੁੱਕੀ ਹੈ। ਉਹਨੂੰ ਨਵੀਂ ਗੱਲ ਸੁੱਝੀ। ਤੂੰ ਨਹੀਂ ਸੁੱਤਾ ਮੇਰੇ ਨਾਲ, ਮੈਂ ਗੁੱਸੇ ਨਾਲ ਪੁੱਛਿਆ। ਮੈਂ ਮਰਦਾਂ, ਤੂੰ ਔਰਤ? ਉਹ ਗੁਮਾਨ ਨਾਲ ਬੋਲਿਆ। ਔਰਤ ਆ ਤਾਂ ਕੀ ਗੁਨਾਹ ਹੈ? ਜੇ ਤੈਨੂੰ ਕੋਈ ਫਰਕ ਨਹੀਂ ਪਿਆ ਤਾਂ ਮੇਰੀ ਕੀ ਮਹਿੰਦੀ ਉੱਤਰ ਗਈ? ਆਖ ਕੇ ਮੈਂ ਜ਼ੋਰ ਨਾਲ ਹੱਸੀ। ਫਰਕ ਬਹੁਤ ਹੈ, ਤੂੰ ਬਾਅਦ 'ਚ ਮਹਿਸੂਸ ਕਰੇਂਗੀ। ਉਹ ਜਲ ਕੇ ਕੋਲਾ ਹੋ ਗਿਆ। ਸੈਂਡੀ, ਮੈਂ ਉਹਨਾਂ ਔਰਤਾਂ 'ਚੋਂ ਨਹੀਂ ਜਿਹੜੀਆਂ ਚਾਰ ਰਾਤਾਂ ਕਿਸੇ ਨਾਲ ਸੌਂ ਕੇ ਲਿਬੜ ਜਾਂਦੀਆਂ ਨੇ। ਤੇਰੇ ਵਰਗੇ ਕਈ ਚਾਮ ਕੇ ਤੁਰੇ ਫਿਰਦੇ ਨੇ। ਆਖ ਕੇ ਮੈਂ ਸਿਗਰਟ ਸੁਲਗਾਈ। ਔਰਤ ਨਹੀਂ, ਨਾਗਣ ਹੈ ਤੂੰ, ਨਾਗਣ, ਕਾਲੀ ਨਾਗਣ। ਤੈਨੂੰ ਵੱਸ ਕਰਨਾ ਮੇਰੇ ਵਰਗੇ ਨਾਦਾਨ ਸਪੇਰੇ ਦੇ ਵੱਸ ਦਾ ਰੋਗ ਨਹੀਂ। ਉਹ ਚੀਕਿਆ। ਦੁਨੀਆ ਦੀ ਹਰ ਔਰਤ ਨਾਗਣ ਹੈ ਅਤੇ ਮਰਦ ਸਪੇਰਾ। ਜੇ ਇਹ ਸਪੇਰਾ ਇਸ਼ਕ ਦੀ ਬੀਣ ਨਾ ਵਜਾਏ ਤਾਂ ਨਾਗਣ ਕਦੇ ਇਹਦੇ ਕਾਬੂ 'ਚ ਨਾ ਆਵੇ। ਮੇਰੀ ਇਕੱਲੀ ਦੀ ਗੱਲ ਨਹੀਂ ਹੈ, ਨਾਲੇ ਤੇਰੇ ਇਸ਼ਕ ਵਿੱਚ ਉਹ ਦਮ ਨਹੀਂ ਰਿਹਾ ਹੁਣ ਜਿਸ ਨਾਲ ਤੂੰ ਮੈਨੂੰ ਪਟਾਰੀ 'ਚ ਪਾ ਸਕੇ। ਆਖ ਕੇ ਮੈਂ ਹੱਸੀ ਅਤੇ ਉਹ ਗੁੱਸੇ 'ਚ ਪੈਰ ਪਟਕਦਾ ਹੋਇਆ ਚਲਾ ਗਿਆ। ਫਿਰ ਨਹੀਂ ਆਇਆ। ਬੜਾ ਗੰਦਾ ਲੱਗਦਾ ਮੈਨੂੰ ਬੰਦਾ ਜਦੋਂ ਕਿਸੇ ਔਰਤ, ਖਾਸ ਕਰਕੇ ਆਪਣੀ ਬੀਵੀ ਜਾਂ ਮਸ਼ੂਕ ਨੂੰ ਬੁਰੀ ਦੱਸਦਾ ਹੈ। ਕਮਬਖਤ, ਨਾ ਮੁਰਾਦ, ਔਰਤ ਵੀ ਕੋਈ ਭੰਡਣ ਵਾਲੀ ਚੀਜ਼ ਹੈ। ਗਰੀਬ ਕੀ ਵਿਗਾੜ ਲਏਗੀ ਕਿਸੇ ਦਾ? ਮਰਦ 100 ਜ਼ੁਲਮ ਸਿਤਮ ਵੀ ਕਰੇ ਤਾਂ ਉਹਦੀ ਕਦਮ ਬੋਸੀ ਕਰਨੀ ਨਹੀਂ ਛੱਡਦੀ। ਕਮਬਖਤ, ਸੱਚ ਪੁੱਛੇ ਤਾਂ ਮੈਨੂੰ ਹਰ ਔਰਤ 'ਚੋਂ ਆਪਣੀ ਅੰਮੀ ਨਜ਼ਰ ਆਉਂਦੀ ਹੈ ਅਤੇ ਹਰ ਮਰਦ 'ਚੋਂ ਆਪਣਾ ਬਾਪ। ਉਹ ਤੋਂ ਬਾਅਦ ਇੱਕ ਹੋਰ ਆਇਆ, ਪਾਕਿਸਤਾਨੀ, ਹੁਸੈਨ ਨਾਮ ਸੀ ਉਹਦਾ। ਉਸ ਨਾਲ ਵੀ ਮੇਰੀ ਚੰਗੀ ਦੋਸਤੀ ਹੋ ਗਈ ਅਤੇ ਗੱਲ ਨਿਕਾਹ ਤੱਕ ਪਹੁੰਚ ਗਈ। ਮੇਰੀ ਧੰਦੇ ਵਾਲੀ ਮੇਰੀ ਇੱਕ ਸਹੇਲੀ ਇੱਕ ਵਾਰ ਬਿਮਾਰ ਸੀ ਅਤੇ ਹਸਪਤਾਲ 'ਚ ਦਾਖਲ ਸੀ। ਉਹ ਆਪਣੀ 5 ਕੁ ਸਾਲ ਦੀ ਫੁੱਲ ਵਰਗੀ ਬੱਚੀ ਨੂੰ ਮੇਰੇ ਕੋਲ ਛੱਡ ਗਈ। ਇੱਕ ਦਿਨ ਹੁਸੈਨ ਰਾਤ ਨੂੰ ਮੇਰੇ ਕੋਲ ਆਇਆ ਅਤੇ ਬਹੁਤ ਦੇਰ ਤੱਕ ਬੱਚੀ ਨਾਲ ਪਿਆਰ ਕਰਦਾ ਰਿਹਾ। ਕਿੰਨੀ ਪਿਆਰੀ ਬੱਚੀ ਹੈ, ਮੈਂ ਸ਼ਰਾਬ ਦੇ ਭਰੇ ਗਲਾਸ ਮੇਜ਼ 'ਤੇ ਰੱਖਦੀ ਹੋਈ ਬੋਲੀ। ਹਾਂ, ਕੰਜਰੀ ਦੀ ਧੀ ਹੈ, ਵੱਡੀ ਹੋ ਕੇ ਕਮਾਲ ਦੀ ਕੰਜਰੀ ਬਣੇਗੀ, ਕਹਿ ਕੇ ਉਹ ਹੱਸਿਆ।
ਜਿਵੇਂ ਕਿਸੇ ਨੇ ਮੇਰੇ ਕਲੇਜੇ 'ਚ ਖੰਜਰ ਘੋਪ ਦਿੱਤਾ ਸੀ। ਗਿਲਾਸ ਮੇਰੇ ਹੱਥੋਂ ਛੁੱਟ ਕੇ ਜ਼ਮੀਨ 'ਤੇ ਜਾ ਡਿੱਗ ਗਿਆ। ਕੀ ਹੋਇਆ? ਉਹ ਭੱਜ ਕੇ ਮੇਰੇ ਕੋਲ ਆਇਆ। ਕੁਛ ਨਹੀਂ, ਤੂੰ ਇੱਥੋਂ ਚਲਾ ਜਾ ਹੁਸੈਨ, ਮੇਰੀ ਤਬੀਅਤ ਠੀਕ ਨਹੀਂ ਹੈ, ਮੈਂ ਆਪਣੇ ਸੀਨੇ 'ਤੇ ਹੱਥ ਰੱਖਦੇ ਹਾਂ ਕਿਹਾ। ਕੀ ਗੱਲ ਹੈ ਚੰਦਾ? ਉਹਨੇ ਮੈਨੂੰ ਆਪਣੀਆਂ ਬਾਹਾਂ 'ਚ ਲੈਣਾ ਚਾਹਿਆ। ਮੈਂ ਕਿਹਾ ਤੂੰ ਇੱਥੋਂ ਚਲਾ ਜਾ, ਗੈਟ ਆਊਟ। ਮੈਂ ਉਹਨੂੰ ਧੱਕਾ ਮਾਰਿਆ, ਪਰ ਉਹ ਬੜਾ ਢੀਠ ਸੀ, ਨਾ ਗਿਆ। ਮੈਂ ਕਲੇਜਾ ਫੜੀ ਆਪਣੇ ਬਿਸਤਰ 'ਤੇ ਜਾ ਪਈ। ਉਸ ਰਾਤ ਉਹਨੇ ਕਈ ਵਾਰ ਮੇਰੇ ਨਾਲ ਖੇਹ ਖਾਣ ਦੀ ਕੋਸ਼ਿਸ਼ ਕੀਤੀ, ਪਰ ਮੈਂ ਹਰ ਵਾਰ ਉਹਨੂੰ ਧੱਕਾ ਮਾਰ ਕੇ ਪਰਾਂ ਕਰ ਦਿੰਦੀ। ਆਖਿਰ ਜਦੋਂ ਜ਼ਬਰਦਸਤੀ 'ਤੇ ਉਤਰ ਆਇਆ ਤਾਂ ਮੈਂ ਪੂਰੇ ਜ਼ੋਰ ਨਾਲ ਲੱਤ ਉਹਦੇ ਢਿੱਡ 'ਚ ਮਾਰੀ ਅਤੇ ਉਹਨੂੰ ਬਿਸਤਰ 'ਚੋਂ ਬਾਹਰ ਸੁੱਟ ਦਿੱਤਾ। ਇਸੇ ਵਕਤ ਇੱਥੋਂ ਚਲਾ ਜਾ, ਵਰਨਾ ਪੁਲਿਸ ਬੁਲਾ ਲਾਂਗੀ। ਮੁੜ ਕੇ ਮੈਨੂੰ ਆਪਣੀ ਮਨਹੂਸ ਸੂਰਤ ਨਾ ਦਿਖਾਈ। ਮੈਂ ਦਰਵਾਜ਼ਾ ਖੋਲ੍ਹ ਕੇ ਉਹਨੂੰ ਬਾਹਰ ਜਾਣ ਦਾ ਇਸ਼ਾਰਾ ਕੀਤਾ, ਉਹ ਚਲਾ ਗਿਆ ਅਤੇ ਮੁੜ ਕੇ ਮੈਨੂੰ ਦਿਖਾਈ ਨਾ ਦਿੱਤਾ। ਹਾਂ, ਇੱਕ ਵਾਰੀ ਬੜਾ ਅਜੀਬ ਵਾਕਿਆ ਹੋਇਆ। ਇੱਕ ਬਾਪ ਅਤੇ ਬੇਟਾ ਦੋਵੇਂ ਹੀ ਮੇਰੇ ਆਸ਼ਿਕ ਸੀ, ਪਰ ਮੈਨੂੰ ਪਤਾ ਨਹੀਂ ਸੀ ਉਹ ਇਸੇ ਯਹੂਦੀ ਦੀ ਗੱਲ ਹੈ ਜਿਹਦੀ ਮੈਂ ਪਹਿਲਾਂ ਜ਼ਿਕਰ ਕੀਤਾ ਸੀ। ਇੱਕ ਦਿਨ ਮਾਲੂਮ ਨਹੀਂ ਕਿਸ ਤਰ੍ਹਾਂ ਉਹਦਾ ਬੇਟਾ ਵੀ ਮੇਰੇ ਕੋਲ ਆ ਗਿਆ ਅਤੇ ਰਾਤ ਨੂੰ ਮੇਰੇ ਨਾਲ ਸੌਣ ਲੱਗਾ ਅਤੇ ਬੋਲਿਆ, ਤੂੰ ਸਭ ਤੋਂ ਪਹਿਲਾਂ ਕਿਸ ਨਾਲ ਸੁੱਤੀ ਸੀ? ਤੇਰੇ ਬਾਪ ਨਾਲ। ਮੈਂ ਗੁੱਸੇ 'ਚ ਗਿਆ। ਮੈਂ ਤਾਂ ਸਿਰਫ ਮਜ਼ਾਕ ਹੀ ਕੀਤਾ ਸੀ, ਪਰ ਦਰਅਸਲ ਸੱਚਮੁੱਚ ਹੀ ਉਹਦਾ ਬਾਪ ਵੀ ਮੇਰੇ ਘਰ ਆਉਂਦਾ ਜਾਂਦਾ ਸੀ। ਇੱਕ ਦਿਨ ਦੋਵੇਂ ਇਕੱਠੇ ਹੀ ਆ ਗਏ। ਉਸ ਦਿਨ ਗਲਤੀ ਮੇਰੀ ਸੀ। ਅਮੂਮਨ ਜਦੋਂ ਵੀ ਕੋਈ ਗਾਹਕ ਮੇਰੇ ਕੋਲ ਹੁੰਦਾ ਸੀ ਤਾਂ ਮੈਂ ਲਾਲ ਚੁੰਨੀ ਵਿੰਡੋ 'ਤੇ ਟੰਗ ਦਿੰਦੀ ਸੀ ਤਾਂ ਕਿ ਬਾਹਰੋਂ ਆਉਣ ਵਾਲਾ ਸਮਝ ਆਏ ਕਿ ਮੈਂ ਬਿਜ਼ੀ ਹਾਂ। ਉਸ ਦਿਨ ਭੁੱਲ ਗਈ। ਦੋਵੇਂ ਇਕੱਠੇ ਆ ਗਏ ਅਤੇ ਬਾਪ ਕਹੇ ਤੇਰੀ ਤਲਾਸ਼ 'ਚ ਆਇਆ ਅਤੇ ਬੇਟਾ ਕਹੇ ਕਿ ਉਹ ਬਾਪ ਦਾ ਪਿੱਛਾ ਕਰ ਰਿਹਾ ਸੀ। ਦੋਵਾਂ 'ਚ ਖੂਬ ਜੰਗ ਹੋਈ। ਬੇਟਾ ਘਰ ਛੱਡ ਕੇ ਚਲਾ ਗਿਆ, ਪਰ ਬੁੱਢਾ ਕਮਾਲ ਕਰ ਗਿਆ। ਮਰਦਾ ਹੋਇਆ, ਮਕਾਨ ਮੇਰੇ ਨਾਮ ਲਗਵਾ ਗਿਆ, ਪਾਗਲ। ਅਤੇ ਇਹ ਮਕਾਨ ਉਸੇ ਦਾ ਹੀ ਹੈ। ਮੈਂ ਬਾਬਰਚੀ ਖਾਨੇ ਦਾ ਇੱਕ ਚਮਚ ਤੱਕ ਨਹੀਂ ਖਰੀਦਿਆ, ਸਭ ਕੁਛ ਉਸੇ ਦਾ ਦਿੱਤਾ ਹੋਇਆ। ਸਿਰਫ ਯਹੂਦੀ ਬੁੱਢਾ ਹੀ ਨਹੀਂ, ਕਈ ਹੋਰ ਵੀ ਸ਼ਾਇਸਤਾ ਇਨਸਾਨ ਮੇਰੀ ਜ਼ਿੰਦਗੀ 'ਚ ਆਏ। ਉਹਨਾਂ 'ਚੋਂ ਇੱਕ ਸੀ ਪ੍ਰੋਫੈਸਰ ਖਾਨ। ਬਹੁਤ ਨਫੀਸ ਆਦਮੀ ਸੀ ਉਹ। ਬੀਵੀ ਬਹੁਤ ਹਸੀਨ ਸੀ ਉਹਦੀ, ਬਲਾਉ ਦੀ ਖੂਬਸੂਰਤ ਅਤੇ ਆਲਾ ਦਰਜੇ ਦੀ ਨੌਕਰੀ ਸੀ ਉਸ ਕੋਲ, ਪਰ ਰੰਡੀਬਾਜ਼ੀ ਦਾ ਬੜਾ ਸ਼ੌਕੀਨ ਸੀ। ਪਤਾ ਨਹੀਂ ਕਿਉਂ ਮੈਂ ਕਦੇ ਵੀ ਉਹ ਤੋਂ ਇੱਕ ਪੈਸਾ ਤੱਕ ਨਹੀਂ ਲਿਆ। ਉਹਨੂੰ ਮੇਰੀ ਆਵਾਜ਼ ਬਹੁਤ ਪਸੰਦ ਸੀ। ਮੈਂ ਗਜ਼ਲ ਕਹਿੰਦੀ ਹੈ ਤਾਂ ਅਸ਼ ਅਸ਼ ਕਰ ਉੱਠਦਾ। ਮੇਰੀ ਆਵਾਜ਼ 'ਚੋਂ ਮੈਨੂੰ ਆਪਣੀ ਅੰਮੀ ਦੀ ਆਵਾਜ਼ ਸੁਣਾਈ ਦਿੰਦੀ ਅਤੇ ਮੇਰੀ ਗਜ਼ਲ 'ਚ ਹੋਰ ਦਰਦ ਜਾਗ ਪੈਂਦਾ। ਬਹੁਤ ਮਕਬੂਲ ਗਜ਼ਲ ਗਾਇਕਾ ਬਣ ਸਕਦੀ ਹੈ ਤੂੰ, ਜੇ ਕੋਸ਼ਿਸ਼ ਕਰੇ ਤਾਂ ਬਹੁਤ ਸ਼ੋਹਰਤ ਮਿਲ ਸਕਦੀ ਹੈ, ਉਹ ਕਈ ਵਾਰ ਮਸ਼ਵਰਾ ਦਿੰਦਾ। ਸ਼ੋਹਰਤਾਂ ਅਤੇ ਰਸੋਈਆਂ 'ਚ ਕੋਈ ਜ਼ਿਆਦਾ ਫਰਕ ਨਹੀਂ ਹੈ ਖਾਨ ਸਾਹਿਬ। ਦੋਵੇਂ ਸਕੀਆਂ ਭੈਣਾਂ ਨੇ, ਇਕੱਠੀਆਂ ਹੀ ਆਉਂਦੀਆਂ ਨੇ ਅਤੇ ਮੈਨੂੰ ਦੋਵਾਂ 'ਚ ਹੁਣ ਕੋਈ ਫਰਕ ਨਹੀਂ ਲੱਗਦਾ। ਮੈਂ ਕਿਹਾ ਤਾਂ ਉਹਨੇ ਕਈ ਵਾਰ ਆਪਣੇ ਮੱਥੇ 'ਤੇ ਹੱਥ ਮਾਰਿਆ। ਕਿੰਨੀ ਜ਼ਹੀਨ ਔਰਤ ਹੈ ਤੂੰ, ਫਕਰ ਹੈ ਮੈਨੂੰ ਆਪਣੇ ਆਪ 'ਤੇ ਜੋ ਮੈਂ ਤੇਰੇ ਨਾਲ ਇਸ਼ਕ ਕੀਤਾ। ਸੈਕਸ ਤਾਂ ਕਿਸੇ ਨਾਲ ਵੀ ਕੀਤਾ ਜਾ ਸਕਦਾ, ਪਰ ਇਸ਼ਕ ਖਾਸ ਕਰਕੇ ਮੇਰੇ ਵਰਗੇ ਬੰਦੇ ਲਈ, ਇਸ਼ਕ ਵਾਸਤੇ ਸਿਰਫ ਜਿਸਮ ਦੀ ਨਹੀਂ ਜ਼ਹਿਨ ਦੀ ਵੀ ਲੋੜ ਹੈ। ਉਹ ਬਾਰ ਬਾਰ ਮੇਰੇ ਤੋਂ ਕੁਰਬਾਨ ਹੋ ਰਿਹਾ ਸੀ। ਪਰ ਪਿਛਲੇ ਹਫ਼ਤੇ ਤਾਂ ਤੁਸੀਂ ਫਰਮਾ ਰਹੇ ਸੀ ਕਿ ਸੈਕਸ ਕਰਨ ਤੋਂ ਬਾਅਦ ਔਰਤ ਮਰਦ ਨੂੰ ਇਸ ਤਰ੍ਹਾਂ ਲੱਗਦੀ ਹੈ ਜਿਵੇਂ ਆਖਰੀ ਕਸ਼ ਖਿੱਚ ਕੇ ਸੁੱਟੀ ਹੋਈ ਸਿਗਰਟ, ਮਤਲਬ ਬੇਕਾਰ। ਅਤੇ ਜਦੋਂ ਮੈਂ ਕਿਹਾ ਤਾਂ ਉਹਨੇ ਦੋਵੇਂ ਹੱਥ ਮੇਰੇ ਅੱਗੇ ਜੋੜ ਦਿੱਤੇ ਕਿ ਗੁਸਤਾਖੀ ਮਾਫ਼। ਇਸੇ ਤਰ੍ਹਾਂ ਕਈ ਦਫ਼ਾ ਕਈ ਆਏ ਜਿਨ੍ਹਾਂ ਕੋਲ ਨੋਟਾਂ ਦੀ ਗਰਮੀ ਤਾਂ ਸੀ ਪਰ ਜਜ਼ਬਾਤ ਦਾ ਨਿੱਘ ਨਹੀਂ ਸੀ। ਮੇਰੀ ਅੰਮੀ ਆਖਦੀ ਹੁੰਦੀ ਸੀ ਔਰਤ ਅਤੇ ਪਾਣੀ 'ਚ ਕੋਈ ਫਰਕ ਨਹੀਂ ਹੁੰਦਾ, ਜਿਸ 'ਚ ਘੁਲ ਗਈ ਉਹੋ ਜਿਹੀ ਹੋ ਗਈ, ਜਾਂ ਹਰ ਰੰਗ 'ਚ ਰੰਗ ਲੈਂਦੀ ਹੈ ਆਪਣੇ ਆਪ ਨੂੰ ਔਰਤ। ਪਰ ਮੇਰੇ 'ਤੇ ਕੋਈ ਰੰਗ ਨਾ ਚੜਿਆ ਅਤੇ ਨਾ ਹੀ ਕਿਸੇ ਪਾਣੀ 'ਚ ਮੈਂ ਘੁਲ ਸਕੀ ਕਦੇ ਵੀ। ਹਾਂ, ਬਲਕਿ ਹਰ ਵਾਰ ਮੇਰੀ ਤਸ਼ਨਗੀ ਵੱਧਦੀ ਗਈ। ਸ਼ਾਇਦ ਮੈਨੂੰ ਪਾਣੀ ਦੀ ਨਹੀਂ ਜ਼ਹਿਰ ਦੀ ਤਲਾਸ਼ ਹੈ। ਕੋਈ ਅਜਿਹਾ ਡੰਗ ਮਾਰੇ ਮੁੜ ਕੇ ਜ਼ਹਿਰ ਨਾ ਮੰਗਾ।
ਪਰ ਇੱਥੇ ਸੱਪਾਂ 'ਚ ਜ਼ਹਿਰ ਕਿੱਥੇ? ਮੈਂ ਕਈ ਨਾਗ ਪੂਛਾਂ ਤੋਂ ਫੜ ਫੜ ਕੇ ਘੁਮਾਏ, ਸਭ ਪਾਣੀ ਦੇ ਸੱਪ ਨਿਕਲੇ। ਕਿਸੇ 'ਚ ਇੰਨਾ ਜ਼ਹਿਰ ਨਹੀਂ ਸੀ ਜੋ ਮੈਨੂੰ ਡੰਗ ਮਾਰਦਾ। ਹਰ ਜੁਸਤਜੂ ਵਿੱਚ ਮੈਂ ਨਾ ਕਾਮਯਾਬ ਹੋਈ ਅਤੇ ਵਕਤ ਦੀ ਗਰਦੋ ਗੁਬਾਰ ਵਿੱਚ ਮੇਰੀਆਂ ਹਸਰਤਾਂ ਦੇ ਸਿਤਾਰੇ ਡੁੱਬਦੇ ਰਹੇ। ਕਹਾਵਤ ਇਹ ਕਿ ਔਰਤ ਅਤੇ ਜ਼ਮੀਨ ਬੇਖਸਮੀਆਂ ਬੇਸ਼ੱਕ ਹੋਣ ਪਰ ਬੇਯਾਰ ਕਦੇ ਨਹੀਂ ਹੁੰਦੀਆਂ। ਕਈ ਵਾਰ ਹੱਸ ਪੈਂਦੀ ਹਾਂ ਮੈਂ ਇਹ ਜੁਮਲਾ ਸੋਚ ਕੇ, ਖਸਮ ਹੀ ਕੋਈ ਨਹੀਂ ਮਿਲਿਆ, ਚਮਕੇ ਬੜੇ ਮਿਲੇ। ਸਭ ਦੀ ਇਹੋ ਆਰਜ਼ੂ ਕਿ ਮੈਨੂੰ ਵੇਖਣਾ ਹੈ ਬੇਨਕਾਬ। ਮਰਦ ਦੀ ਸ਼ੁਰੂ ਤੋਂ ਹਸਰਤ ਹੀ ਇਹ ਹੈ ਕਿ ਕਿਵੇਂ ਨਾ ਕਿਵੇਂ ਔਰਤ ਨੂੰ ਦੇਖਿਆ ਜਾਵੇ। ਜਦੋਂ ਫਰੰਗੀ ਦੀਆਂ ਤਸਵੀਰਾਂ ਅਖਬਾਰ 'ਚ ਲੱਗੀਆਂ ਤਾਂ ਮੈਂ ਬਹੁਤ ਹੱਸੀ। ਕੁਛ ਦਿਨ ਪਹਿਲਾਂ ਹੀ ਮੈਂ TV 'ਤੇ ਉਹ ਤੁਹਾਡਾ ਮਹਾਭਾਰਤ ਵੇਖਿਆ ਸੀ ਜਿਸ 'ਚ ਦ੍ਰੋਪਦੀ ਨੂੰ 5-7 ਮੁਸ਼ਟ ਅੰਡੇ ਫੜ ਕੇ ਨੰਗੀ ਕਰਨ ਦੀ ਕੋਸ਼ਿਸ਼ ਕਰਦੇ ਨੇ। ਫਰੰਗੀ ਅਤੇ ਦ੍ਰੋਪਦੀ ਮੈਨੂੰ ਇੱਕੋ ਜਿਹੀਆਂ ਲੱਗੀਆਂ ਵਿਚਾਰੀਆਂ। ਮਰਦ ਅੱਜ ਵੀ ਉੱਥੇ ਹੀ ਹੈ ਜਿੱਥੇ ਹਜ਼ਾਰਾਂ ਸਾਲ ਪਹਿਲਾਂ ਸੀ, ਜੰਗਲੀ, ਸਿਰਫ ਔਰਤ ਨੂੰ ਨੰਗਾ ਕਰਨ ਦੀ ਖਾਹਿਸ਼। ਫਿਰ ਮੈਂ ਕਿਸ ਗਿਣਤੀ 'ਚ ਆਉਂਦੀ ਸੀ? ਨਾਲੇ ਜਿਸਮਾਨੀ ਨੰਗੀ ਹੋਰ ਗੱਲ ਹੈ ਅਤੇ ਰੂਹਾਨੀ ਹੋਰ। ਜਿਸਮ ਮੇਰਾ ਛਲਨੀ ਹੋ ਗਿਆ ਨੰਗੀਆਂ ਨਿਗਾਹਾਂ ਤੋਂ। ਇਹ ਬਦਨਸੀਬ ਮਿੱਟੀ ਪਤਾ ਨਹੀਂ ਕਿੰਨੀ ਵਾਰ ਨੰਗੀ ਹੋਈ ਹੈ। ਸੱਚ ਪੁੱਛੋ ਤਾਂ ਨੰਗੀ ਜ਼ਿਆਦਾ ਹੋਈ ਹੈ, ਕੱਪੜੇ ਦਾ ਘੱਟ ਹੀ ਨਸੀਬ ਹੋਏ ਨੇ ਗਰੀਬ ਨੂੰ। ਲੋਕਾਂ ਦਾ ਆਮ ਖਿਆਲ ਹੈ ਕਿ ਮੈਂ ਮਰਦਾਂ ਤੋਂ ਪੈਸਾ ਲੁੱਟਣੀ ਆ, ਜੇਬਾਂ ਖਾਲੀ ਕਰਨੀ ਆ ਉਹਨਾਂ ਦੀਆਂ। ਅਤੇ ਵੈਸੇ ਤਾਂ ਹਰ ਔਰਤ ਦਾ ਮਕਸਦ ਹੀ ਮਰਦ ਦੀ ਜੇਬ ਖਾਲੀ ਕਰਨਾ ਹੁੰਦਾ, ਚਾਹੇ ਉਹ ਬੀਵੀ ਹੈ ਜਾਂ ਰਖੇਲ। ਪਰ ਮੈਂ ਇਸ ਕੰਮ 'ਚ ਕੁਛ ਜ਼ਿਆਦਾ ਹੀ ਬਦਨਾਮ ਹਾਂ। ਮੇਰੇ ਜਿਸਮ 'ਤੇ ਦੇ ਬਾਵਸਤਾ ਕਈ ਅਫਸਾਨੇ ਜ਼ਮਾਨੇ ਭਰ 'ਚ ਮਸ਼ਹੂਰ ਹੋਏ ਕਿ ਮੈਂ ਬਹੁਤ ਹਸੀਨ ਹਾਂ, ਬਹੁਤ ਗੁੱਦਾਜ਼ ਬਦਨ ਹੈ ਮੇਰਾ, ਬਹੁਤ ਰੇਸ਼ਮੀ ਆ, ਮੇਰੀਆਂ ਜ਼ੁਲਫਾਂ ਕਾਲੀਆਂ ਘਟਾਵਾਂ ਨੇ ਅਤੇ ਕਮਰ ਤੇਜ਼ ਤਲਵਾਰ ਹੈ, ਮੇਰੀਆਂ ਅੱਖਾਂ 'ਚ ਹਜ਼ਾਰਾਂ ਝੀਲਾਂ ਦੀ ਗਹਿਰਾਈ ਹੈ, ਵਗੈਰਾ ਵਗੈਰਾ। ਪਰ ਕਦੇ ਕਿਸੇ ਨੇ ਇਹ ਨਹੀਂ ਦੇਖਿਆ ਕਿ ਮੇਰੇ ਅੰਦਰ ਇੱਕ ਸਮੁੰਦਰ ਵੀ ਹੈ, ਅਹਿਸਾਸ ਦਾ ਸਮੁੰਦਰ, ਅਤੇ ਉਸ ਸਮੁੰਦਰ ਦੀ ਅੱਗ ਤੱਕ ਕੋਈ ਨਹੀਂ ਪਹੁੰਚਿਆ, ਕਿਸੇ ਨੂੰ ਸੇਕ ਤੱਕ ਵੀ ਨਹੀਂ ਆਇਆ। ਉਸ ਅੱਗ ਦਾ ਬੁਝਣੀ ਕਿਸ ਤੋਂ ਸੀ? ਗਰਮ ਗੋਸ਼ਤ ਨੂੰ ਨੋਚਣ ਵਾਲੇ ਬਹੁਤ ਮਿਲੇ ਪਰ ਰੂਹ 'ਤੇ ਕੋਈ ਝਰੀਟ ਨਾ ਪਾ ਸਕਿਆ। ਬਹੁਤ ਲੰਮੀ ਦਾਸਤਾਂ ਹੈ ਮੇਰੀ ਜ਼ਖਮਾਂ ਦੀ, ਰਾਤ ਮੁੱਕ ਜਾਏਗੀ ਕਹਾਣੀ ਨਹੀਂ ਖਤਮ ਹੋਣੀ, ਆਖ ਕੇ ਉਹਨੇ ਉਬਾਸੀ ਲਈ। ਹੁਣ ਤੂੰ ਕੀ ਨਾਮ ਰੱਖੇਂਗੀ ਮੇਰੇ ਅਫਸਾਨੇ ਦਾ, ਕਹਿ ਕੇ ਉਹ ਇੱਕਦਮ ਚੁੱਪ ਹੋ ਗਈ। ਮੈਂ ਜਿਵੇਂ ਨੀਂਦ 'ਚੋਂ ਜਾਗੀ, ਦੇਖਿਆ ਵਾਈਨ ਦੀ ਪੂਰੀ ਬੋਤਲ ਖਾਲੀ ਸੀ, ਸਿਗਰਟਾਂ ਦੀ ਡੱਬੀ ਮਰੋੜ ਮੇਜ਼ ਥੱਲੇ ਸੁੱਟੀ ਪਈ ਸੀ। ਹਿੰਦੂ ਧਰਮ 'ਚ ਗੀਤਾ ਦਾ ਸੰਦੇਸ਼ ਹੈ ਕਿ ਰੂਹ ਅਮਰ ਹੈ, ਸਰੀਰ ਤਾਂ ਚੋਲਾ ਹੈ ਕੱਪੜਿਆਂ ਵਾਂਗ, ਇਨਸਾਨ ਇਹਨੂੰ ਬਦਲਦਾ। ਤੂੰ ਵੀ ਖੁਦ ਹੀ ਦੱਸਿਆ ਕਿ ਤੇਰੀ ਰੂਹ ਨੂੰ ਕਿਸੇ ਨੇ ਨਹੀਂ ਛੋਇਆ, ਸਿਰਫ ਬਦਨ ਹੀ ਛਲਨੀ ਹੈ। ਬਦਨ ਤਾਂ ਰੋਜ਼ ਹੀ ਛਲਨੀ ਹੁੰਦੇ ਨੇ ਤਈਅੱਬਾ, ਰੂਹ 'ਤੇ ਝਰੀਟ ਕਿਸਮਤਾਂ ਨਾਲ ਹੀ ਪੈਂਦੀ ਹੈ। ਅਤੇ ਮੈਂ ਡੂੰਘਾ ਹੌਕਾ ਲਿਆ। ਮੈਂ ਦੇਖਿਆ ਮੇਰਾ ਜਵਾਬ ਸੁਣ ਕੇ ਉਹਦੀਆਂ ਸਾਂਵਲੀਆਂ ਗੱਲਾਂ 'ਤੇ ਦੋ ਮੋਤੀ ਆ ਗਏ ਸੀ, ਜੋ ਸ਼ਾਇਦ ਉਹਨੇ ਆਪਣੀ ਕਹਾਣੀ ਕਹਿਣ ਵੇਲੇ ਪੂਰਾ ਸਮਾਂ ਅੱਖਾਂ ਦੇ ਕਿਸੇ ਕੋਨੇ 'ਚ ਡੱਕੀ ਰੱਖੇ ਸਨ। ਧੰਨਵਾਦ।